ਦੇਖੋ ਜੀ, ਇੱਕ ਮਿੰਟ, ਜਿਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ, ਜਿਹੜਾ ਮੇਰਾ ਵਾਅਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵੜਿੰਗ ਪਾਰਟੀ ਨੇ ਇੱਥੇ ਐਜ਼ ਅ ਕਾਂਗਰਸ ਦੇ ਕੈਂਡੀਡੇਟ ਕੱਲੇ ਨੇ, ਬਿੱਟੂ ਜੀ ਨੇ ਪਹਿਲੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆਓ। ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਭਲੇ ਵਾਸਤੇ ਅਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ ਪੋਲੀਟੀਕਲ ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਈਨ ਦਿੱਤਾ ਰਾਜ ਸਭਾ ਤੋਂ। ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿੰਦੇ ਸੀ ਖਤਮ ਹੋਣ 'ਚ। ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਜ਼ ਜਿਹੜਾ ਮੈਂ ਆਪਣੇ ਸੂਬੇ ਦੀ ਅਤੇ ਆਪਣੇ ਏਰੀਏ ਦੀ ਸੇਵਾ ਵਾਸਤੇ ਪੰਜਾਬ ਨੂੰ ਸਮਰਪਿਤ ਕਰਾਂਗਾ। ਐਤਕੀ ਇਹਨਾਂ ਨੇ ਮੈਨੂੰ ਚੈਲੰਜ ਕੀਤਾ ਕਿ ਤੁਸੀਂ ਲੜੋ ਆ ਕੇ, ਅਤੇ ਤੁਹਾਨੂੰ ਪਤਾ ਹੋਏਗਾ ਟ੍ਰੈਡੀਸ਼ਨਲੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ, ਬਿੱਟੂ ਜੀ ਤੁਹਾਨੂੰ ਵੀ ਪਤਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ, ਜੇ ਲੜਨੀ ਹੁੰਦੀ ਤਾਂ ਮੈਂ ਤੁਹਾਡਾ ਰਾਂਝਾ ਰਾਜੀ ਕਰ ਦੇਣਾ ਸੀ, ਪਰ ਤੁਸੀਂ ਐਂ ਕਰੋ ਪੁਰਾਣੇ ਵਕਤੇ ਜਿਹੜੇ ਰੁਸਤਮ ਹਿੰਦ ਦਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਮਾੜਾ ਮੋਟਾ ਭਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤਾਂ ਉਹ ਕਹਿੰਦੇ ਸੀ ਐਂ ਕਰ ਮੇਰਾ ਛੋਟਾ ਭਰਾ ਜਿਹਨਾਂ ਦਾ ਨਾਂ ਰੰਧਾਵਾ ਸੀ ਪਹਿਲੇ ਰੰਧਾਵੇ ਨਾਲ ਘੁੱਲ ਲੈ, ਜੇ ਉਹਨੂੰ ਢਾਲੇਂਗਾ ਫਿਰ ਮੇਰੇ ਨਾਲ ਹੀ। ਅਤੇ ਮੈਂ ਉਦੋਂ ਵਾਅਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇੱਥੋਂ ਸਿਆਸੀ ਤੌਰ 'ਤੇ ਆ ਕੇ ਇੱਥੇ ਸੇਵਾ ਕਰ ਸਕੇ। ਤਾਂ ਮੈਂ ਮਸ਼ਕੂਰ ਹਾਂ ਰਾਜਾ ਵੜਿੰਗ ਜੀ ਆਏ ਨੇ, ਮੈਂ ਜਿਹੜਾ ਵਾਅਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ, ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ। ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿਸੇ ਮੈਂ ਹੋਟਲ 'ਚ ਨਹੀਂ ਠਹਿਰਿਆ, ਮੈਂ ਇੱਥੇ ਕਿਸੇ ਆਪਣੇ ਵਾਕਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁਣ ਡੇਰਾ ਲਾਇਆ। ਇੱਕ ਤਾਂ ਸਾਰਿਆਂ ਨੂੰ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ, ਇੱਥੋਂ ਕਿਸੇ ਵੀ ਸਿਆਸੀ ਸੀਟ 'ਤੇ ਸ਼ਿਫਟ ਜਾਣਾ ਹੋਏ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤਾਂ ਮੱਚ ਈਜ਼ੀਅਰ ਹੈ ਇੱਥੋਂ ਜਾਣਾ, ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਭਰਾਉਣੇ ਨੇ ਜਾਂ ਕੰਪੇਨਿੰਗ ਕਰਨੀ ਹੈ। ਸ਼ਾਮ ਨੂੰ ਫਿਰ ਡੇਰਾ ਇੱਥੇ ਹੀ ਹੋਇਆ ਕਰੇਗਾ। ਅੱਜ 6:30 ਵਜੇ ਸੁਰਿੰਦਰ ਡਾਵਰ ਜੀ ਦੇ ਏਰੀਏ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਅਤੇ ਵੜਿੰਗ ਸਾਹਿਬ ਨੂੰ ਵੀ ਦਿੱਤਾ। ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣੇ ਦੇ ਵਿੱਚ ਅੱਜ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਅਤੇ ਲੁਧਿਆਣੇ ਦੇ ਵਿਸ਼ੇਸ਼ ਤੌਰ 'ਤੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੀ ਅਪੀਲ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ। ਸੋ ਇੰਨਾ ਹੀ ਅੱਜ ਸਾਰੇ ਜਿਹੜੇ ਮੇਰੇ ਪ੍ਰੈਸ ਦੇ ਸਾਥੀ ਨੇ ਮੈਂ ਉਹਨਾਂ ਨੂੰ ਦੱਸਣ ਵਾਸਤੇ ਕਿਹਾ, ਤੁਹਾਡੇ ਕੋਲ ਐਡਰੈਸ ਵੀ ਆ ਗਿਆ, ਡੇਰਾ ਵੀ ਮੇਰਾ ਪਰਮਾਨੈਂਟ ਤੌਰ 'ਤੇ ਹੁਣ ਇੱਥੇ ਹੋਏਗਾ। ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲੀਮੈਂਟ ਸੀਟ 'ਤੇ ਜਾਣਾ ਹੋਏਗਾ ਤਾਂ ਸ਼ਾਮ ਨੂੰ ਇੱਥੇ ਹੀ ਆ ਜਾਇਆ ਕਰਾਂਗੇ। ਅਤੇ ਡਟ ਕੇ ਮੈਨੂੰ ਪੂਰਨ ਆਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਗੜ੍ਹ ਰਿਹਾ, ਐਤਕੀ ਵੀ
ਉਸ ਵਿਅਕਤੀ ਜਿਹਨੇ ਆਪਣੀ ਮਾਂ ਦੀ ਪਿੱਠ ਛੁਰਾ ਮਾਰਿਆ। ਐਂਡ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਮਰਦਾਂ ਨਾਲ ਖਲੋਣ ਵਾਲੀ ਇਹ ਧਰਤੀ ਹੈ, ਸੂਰਬੀਰਾਂ ਨਾਲ ਖਲੋਣ ਵਾਲੀ ਇਹ ਧਰਤੀ ਹੈ, ਜ਼ੁਬਾਨ 'ਤੇ ਖੜ੍ਹੇ ਹੋਣ ਵਾਲਿਆਂ ਨਾਲ ਅਤੇ ਅਸੂਲੀ ਲੋਕਾਂ ਦੀ ਇਹ ਧਰਤੀ ਹੈ, ਅਤੇ ਕਦਰ ਵੀ ਉਹਨਾਂ ਦੀ ਪਾਉਂਦੇ ਨੇ। ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ। ਜੇ ਕਿਸੇ ਮੇਰੇ ਪ੍ਰੈਸ 'ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਏ ਤਾਂ ਮੈਂ ਲੈ ਲਵਾਂ। ਸਰ ਮੈਂ ਇੱਕ ਮੇਰਾ ਸਵਾਲ ਨਹੀਂ ਕੋਈ ਗੱਲ ਪਰ ਲੰਬਾ ਵੀ ਕਰ ਲਓ। ਇਹ ਤਾਂ ਚਲੇ ਗਏ, ਲੇਕਿਨ ਕਦੇ ਕਾਂਗਰਸ ਨੇ ਇੰਟਰੋਸਪੈਕਟ ਕੀਤਾ ਕਿ ਕਿਉਂ ਜਾ ਰਹੇ ਨੇ? ਕਦੇ ਇੰਟਰੋਸਪੈਕਟ ਕੀਤਾ ਕਿ ਵੀ ਇਹ ਇਕੱਲਾ ਇਹ ਨਹੀਂ ਗਿਆ, ਪਹਿਲਾਂ ਉਹ ਜਿਹੜਾ ਬੀਜੇਪੀ ਦੇ ਪ੍ਰੈਜੀਡੈਂਟ ਸਟੇਟ ਠਾਕੁਰ ਵੀ ਗਏ ਆ, ਫਤਿਹਗੜ੍ਹ ਸਾਹਿਬ ਵਾਲੇ ਵੀ ਗਏ ਆ, ਬਹੁਤ ਲੋਕ ਗਏ ਆ, ਕੈਪਟਨ ਅਮਰਿੰਦਰ ਸਿੰਘ ਵੀ ਗਏ। ਵਟ ਇਜ਼ ਦਾ ਰੀਜ਼ਨ ਫੋਰ ਦੈਟ? ਦੇਖੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਇਹ ਹੈ ਕਿ ਉਨਾ ਚਿਰ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਧੱਕ 'ਚ ਰਹਿ ਸਕਦੇ। ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ, ਜਾਖੜ ਸਾਹਿਬ ਨੂੰ ਇਹ ਖੁਸ਼ ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਉਣਾ, ਕਿਸੇ ਨੇ ਖੁਸ਼ ਫਹਿਮੀ ਪਾਈ ਸੀ? ਨਾ ਕਿਤੇ ਕੋਈ ਵੋਟਿੰਗ ਹੋਈ ਸੀ, ਨਾ ਕੋਈ CLP ਦੀ ਮੀਟਿੰਗ ਹੋਈ ਸੀ, ਨਾ ਇਹਨਾਂ ਨੂੰ ਮੈਜੋਰਿਟੀ ਉਹਦੇ ਵਿੱਚ ਮਿਲੀ ਸੀ। ਹੇਅਰ ਸੇ 'ਤੇ ਇਹਨਾਂ ਨੇ ਫੈਸਲਾ ਕਰ ਲਿਆ, ਇਹਨਾਂ ਲੋਕਾਂ ਨੇ ਕਿਹਾ ਤਾਂ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ, ਉਸ ਗੁੱਸੇ ਵਿੱਚ ਇਹ ਚਲੇ ਗਏ। ਕੈਪਟਨ ਅਮਰਿੰਦਰ ਸਿੰਘ 10 ਸਾਲ, ਵੇਖੋ 98 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ, 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ। ਜਿਹੜਾ ਆਦਮੀ 1984 ਛੱਡ ਕੇ ਗਿਆ, 14 ਸਾਲ ਬਾਅਦ ਆਉਂਦਾ, 1 ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 'ਚ ਲੜਦੇ ਨੇ, ਪ੍ਰੇਮ ਸਿੰਘ ਚੰਦੂਮਾਜਰਾ ਜੀ ਕੋ ਹਾਰਦੇ ਨੇ। ਇਨਸਪਾਈਟ ਆਫ ਦੈਟ ਡਿਫੀਟ ਸ਼ੀ ਵਾਜ਼ ਸੋ ਮੈਗਨੈਨਿਮਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ, ਮੌਕਾ ਦਿੱਤਾ, 2 ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, 3 ਵਾਰ ਉਹ PCC ਦੇ ਪ੍ਰਧਾਨ ਬਣੇ। ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ। ਹੁਣ ਇਹਨਾਂ 'ਚ ਕਈਆਂ 'ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ, ਇਹ ਕਿਸੇ ਦੀ ਕੋਈ ਰਜਿਸਟਰੀ ਕਰਾਈ ਜਾਇਦਾਦ ਨਹੀਂ ਹੈ, ਟਿਕਟਾਂ ਪਾਰਟੀਆਂ ਦੀਆਂ ਹੁੰਦੀਆਂ। ਪਾਰਟੀ ਲੀਡਰਸ਼ਿਪ ਹੁਣ ਮੌਜੂਦਾ ਜਿਹੜੇ 303 MP ਸਨ ਭਾਰਤੀ ਜਨਤਾ ਪਾਰਟੀ ਦੇ ਨੇ, 100 ਸਿਟਿੰਗ MP ਉਹਨਾਂ ਨੇ ਕੱਟਤਾ, ਦਿੱਲੀ ਦੇ ਸੱਤਾਂ ਵਿੱਚੋਂ 6 ਕੱਟਤੇ। ਹੁਣ ਇੱਥੇ ਤਾਂ ਕਿਸੇ ਨੂੰ ਕੱਟਿਆ ਵੀ ਨਹੀਂ ਸੀ ਜੀ। ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚੁਨੇਟਲੀ ਕਿ ਕਾਂਗਰਸ ਨਾ ਦਿੱਲੀ ਦੀ ਸੱਤਾ ਵਿੱਚ ਨਾ ਪੰਜਾਬ ਦੀ, ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ, ਜਿਹਦੇ ਵਿੱਚ ਵੱਡਾ ਕਾਰਨ ਤਾਂ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਹਨਾਂ ਦੇ ਵਿਜੀਲੈਂਸ ਦੇ ਕੇਸਿਸ, ਵਿਜੀਲੈਂਸ ਦੇ ਕੇਸਿਸ ਨੇ, ਬਾਹਾਂ ਮਰੋੜ ਕੇ ਅਤੇ ਜੇਬਾਂ ਭਰ ਕੇ 2 ਕੰਮ ਇਹਨਾਂ ਨਾਲ ਹੀ ਕੀਤੇ। ਸਟਿੱਕ ਐਂਡ ਕੈਰਟ ਪੋਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ, ਸਟਿੱਕ ਇੱਕ ਹੱਥ 'ਤੇ ਸੋਟੀ ਅਤੇ ਦੂਜੇ 'ਚ ਗਾਜਰ, ਵਿਜੀਲੈਂਸ ਦੀ ਸੋਟੀ ਅਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ, ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋਲ ਤੋੜ ਕੇ ਖੜ੍ਹੇ ਨੇ। ਸੋ ਅਸੂਲ ਅਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ, ਕੋਈ ਨਵੇਂ ਨਹੀਂ ਰਹੇ। ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ। ਆਪਾਂ ਰਵਨੀਤ ਸਿੰਘ ਬਿੱਟੂ ਜੀ ਦੀ ਗੱਲ ਹੀ ਕਰ ਲਈਏ, ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ। ਕੋਈ ਪਛਾਣ ਨਹੀਂ ਇਹਨਾਂ ਦੀ, ਪਛਾਣ ਇਕੱਲੀ ਇਹਨਾਂ ਦੇ ਸੁਰਗਵਾਸੀ ਦਾਦਾ ਜੀ ਸਾਹਿਬ ਬੇਅੰਤ ਸਿੰਘ ਜੀ ਦੇ ਘਰ। ਪਾਰਟੀ ਨੇ ਸਾਹਿਬ ਬੇਅੰਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ।
ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ ਲੰਬਾ ਅਰਸਾ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ। ਫਿਰ ਬਿੱਟੂ ਜੀ ਦੀ ਭੂਆ ਜੀ ਨੂੰ ਗੁਰਕਮਲ ਜੀ ਨੂੰ ਮਿਨਿਸਟਰ ਰੱਖਿਆ। ਫਿਰ ਇਹਨਾਂ ਦੇ ਤਾਏ ਦੇ ਭਾਈ ਨੂੰ ਸਾ ਗੁਰਕੀਰਤ ਸਿੰਘ ਨੂੰ ਮਿਨਿਸਟਰ ਬਣਾਇਆ। ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ 'ਚ ਦੋ ਵਾਰ ਕੀਤਾ, ਪਹਿਲੀ ਵਾਰ 'ਚ ਹੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾ ਤਾਂ ਕਿਸੇ ਦਾ ਟੈਲੀਫੋਨ ਚੁੱਕੇ, ਇਹ ਮੌਕੇ 'ਤੇ ਆ ਕੇ ਗੋਡਿਆਂ ਨੂੰ ਗਿੱਟਿਆਂ ਨੂੰ ਹੱਥ ਲਾਉਂਦਾ ਅਤੇ ਡੰਡੌਤ ਵੀ ਕਰਦਾ। ਕੱਲ੍ਹ ਮੈਂ ਇਹਨੂੰ ਲੰਮੇ ਪਏ ਡੰਡੌਤ ਕਰਦੇ ਵੇਖੇ, ਡੰਡੌਤ 5 ਮਿੰਟ ਹੀ ਕਰਦਾ ਅਤੇ ਉਦੋਂ ਹੀ ਪਤਾ ਲੱਗਦਾ ਜੋ ਡੰਡੌਤ ਕਰਦੇ, ਫਿਰ ਅਗਲੇ ਦੇ ਜਿੱਦਾਂ ਦੇ ਪੈਰਾਂ 'ਤੇ ਚਰਨਾਂ 'ਤੇ ਸਿਰ ਰੱਖਦਾ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ। ਅਜੇ ਤਾਂ ਉਹਨਾਂ ਨੂੰ ਅਜੇ ਹੱਥ ਨਹੀਂ ਲੱਗੇ ਉਹਨਾਂ ਦੇ, ਜਦੋਂ ਗਾਂਹ ਲੱਗਣਗੇ ਇਲੈਕਸ਼ਨ ਬਾਅਦ ਫਿਰ ਪਤਾ ਲੱਗੇਗਾ। ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ, ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਅਨੰਦਪੁਰੋਂ ਜਿੱਤਣੇ ਨਹੀਂ ਲੁਧਿਆਣਿਓਂ ਜਿੱਤਾਓ। ਐਤਕੀ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਕਾਰਨਾਮੇ ਕੀ ਕੀਤੇ ਨੇ, ਮੈਂ ਜਿੱਤ ਨਹੀਂ ਪਾ। ਹੀ ਵਾਜ਼ ਆਲਰੇਡੀ ਇਨ ਟੱਚ ਵਿਦ ਦੀ ਬੀਜੇਪੀ ਫੋਰ ਦੀ ਲਾਸਟ 6-7 ਮਹੀਨੇ। ਉੱਥੇ ਵੱਡੀ ਗੱਲ ਇਹ ਹੈ, ਹੁਣ ਬਿੱਟੂ ਜੀ ਨੇ ਚੂਜ਼ ਕੀਤਾ, ਇੱਕ ਹੁੰਦਾ ਪਾਥ ਜਿਹੜਾ ਸੱਚਾਈ ਦਾ ਪਾਥ ਹੁੰਦਾ, ਇੱਕ ਆਈਡੀਓਲੋਜੀ ਦਾ ਪਾਥ ਹੁੰਦਾ। ਇਹਨਾਂ ਨੇ ਪਾਥ ਚੂਜ਼ ਕੀਤਾ ਜਿਹਦੇ ਵਿੱਚ ਸਰਕਾਰੀ ਕੋਠੀਆਂ, ਜ਼ੈਡ ਪਲੱਸ ਸਿਕਿਉਰਿਟੀ, ਗਵਰਨਮੈਂਟ ਦੀਆਂ ਅਮੈਨਿਟੀਜ਼ ਜਿਹੜੀਆਂ ਉਹਨਾਂ ਨੂੰ ਇਹ ਕੋਡ ਰੱਖ ਸਕਣ। ਰੱਖਣ ਦਾ ਇੱਕੋ ਢੰਗ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਢੋਲਕ ਰੱਖਣ। ਫਿਰ ਇਹਨਾਂ ਦੇ ਛੋਟੇ ਭਾਈ ਜਿਹੜੇ, ਹੁਣ ਮੈਂ ਇਸ 'ਤੇ ਬਹੁਤੀ ਡਿਟੇਲ 'ਚ ਨਹੀਂ ਜਾਣਾ, ਬਟ ਉਹਨਾਂ ਨੂੰ ਵੀ DSP ਭਰਤੀ। ਜੇ ਬਿੱਟੂ ਜੀ ਅਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤਾਂ ਮੇਰਾ ਖਿਆਲ ਹਿੰਦੁਸਤਾਨ 'ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ। ਸੋ ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ 'ਚ ਗੱਲ ਕਰਨ ਲੱਗਾ, ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ, 1 ਮਿੰਟ ਜੀ, ਜਿਹੜੀ ਇਹ ਨਵੀਂ ਬਿਮਾਰੀ ਪਈ ਹੈ, ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁੱਕੜੀਆਂ ਨੂੰ ਰਾਤ 'ਚ ਫੀਡ ਪਾ ਕੇ ਜਾਈਦੀ ਸੀ ਅਤੇ ਸਵੇਰੇ ਆਉਂਦਿਆਂ ਨੂੰ ਸਾਰਿਆਂ ਨੇ ਧੋਣਾ ਛੁੱਟੀਆਂ ਹੁੰਦੀਆਂ ਸੀ। ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ, ਹੁਣ ਤੁਹਾਡੇ ਨਾਲ ਬੈਠੇ ਹੁੰਦੇ, ਸਵੇਰੇ ਇਹਨਾਂ ਨੇ ਕਿਹਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ, ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਨਹੀਂ ਪਤਾ। ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਚਾਹੁੰਦਾ। ਕੱਲ੍ਹ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ 2 ਸਾਲਾਂ 3 ਪਾਰਟੀਆਂ ਬਦਲ ਗਏ, ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜ੍ਹੀ ਸੀ, ਉਹਨਾਂ ਕੋਲ TV ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ 'ਤੇ, ਅਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ। ਉਹਨਾਂ ਨੇ ਫਿਰ ਹੁੱਜ ਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ 'ਚ ਨਹੀਂ ਰਹੇ, ਆਪਾਂ ਹੁਣ ਫੁੱਲ ਵੱਲ ਚਲੇ ਗਏ। ਇਹ ਆ 2 ਦਿਨ ਦੀ ਗੱਲ। ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ 'ਤੇ ਇੱਕ ਵਰਕਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ 'ਚ BJP 'ਚ ਗਿਆ ਸੀ, ਝੰਡਾ ਫੜਾਇਆ ਸੀ BJP ਦਾ, ਲੜਾ ਰਿਹਾ ਸੀ ਸਟੇਜ ਤੋਂ ਖੱਬੇ ਸੱਜੇ ਅਤੇ ਨਾਰਾ ਲਾ ਰਿਹਾ ਸੀ ਕਾਂਗਰਸ ਜ਼ਿੰਦਾਬਾਦ, 5 ਨੂੰ ਵੋਟਾਂ ਪਾਓ, ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪ੍ਰਨੀਤ ਕੌਰ ਜੀ ਸਟੇਜ ਉੱਤੇ। ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਅਸੂਲੀ ਸਿਆਸਤ ਜਿਹੜੀ, ਇਹਦੇ ਵਿੱਚ ਤਾਂ ਹੁਣ ਆਫ ਲੇਟ ਦੋਨੋਂ ਚੀਜ਼ਾਂ ਕੰਮ ਕਰ ਰਹੀਆਂ। ਸੈਂਟਰ ਦਾ ਪੈਸਾ ਡੀਪ ਪੋਕਿਟਸ ਨੇ BJP ਦੀਆਂ, BJP ਇਸ ਟਾਈਮ ਦੇ ਸਿਮਲਰ ਕਾਇੰਡ ਆਫ ਟੈਕਟਿਕ ਸੇਮ ਆਪ ਕਰ ਰਹੀ। ਮੇਰਾ ਸਪਲੀਮੈਂਟ ਤੁਸੀਂ ਸਾਰੇ ਇੰਡੀਵਿਜੁਅਲ ਲੱਗੇ, ਮੇਰਾ ਇਹ ਨਹੀਂ ਹੈਗਾ। ਕੁਛ ਲੋਕ ਤੁਹਾਡੇ ਕਹਿੰਦੇ ਵੀ ਸੀਗੇ ਜਿਹੜੇ ਨਾ ED ਦੇ ਮੁੰਡੇ ਚੁੱਕੇ, ਨਾ ਵਿਜੀਲੈਂਸ ਦੇ ਮੁੰਡੇ, ਆਸ਼ੂ ਹੈਗਾ,
ਵਾਈ ਹੀ ਵਾਜ਼ ਇਗਨੋਰਡ? ਇੱਕ ਸੈਕਿੰਡ, ਮੈਨੂੰ ਕੰਪਲੀਟ ਕਰ ਲੈਂਦੇ, ਵਾਈ ਹੀ ਵਾਜ਼ ਇਗਨੋਰਡ ਜਿਸ ਵੇਲੇ ਕਿ ਦੋਨਾਂ ਪਾਸੇ ਨੂੰ ਚੁੱਕਿਆ? ਔਰ ਤੁਹਾਡਾ ਲੋਕਲ ਵੀ, ਤੁਸੀਂ ਅਗਰ ਗਲਤ ਫਹਿਮੀ 'ਚ ਹੋ, ਅਗਰ ਤੁਸੀਂ ਸਮਝਦੇ ਹੋ ਕਿ ਲੋਕਲ ਕਾਂਗਰਸ ਤੁਹਾਡੇ ਨਾਲ ਹੈ ਔਰ ਬਹੁਤ ਲੋਕਾਂ ਨੇ ਫਰਸਟ੍ਰੇਸ਼ਨ ਹੈ ਕਿ ਦਿਸ ਮੈਨ ਇਜ਼ ਆਨ ਆਊਟਸਾਈਡਰ, ਆਈ ਹੈਵ ਅ ਗ੍ਰੇਟ ਰਿਗਾਰਡ ਫਾਰ ਦਿਸ ਮੈਨ, ਮੇਰੇ ਇਹਨਾਂ ਨੂੰ ਕੋਈ ਪਰਸਨਲ ਨਹੀਂ ਹੈ, ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਜਿਹੜੀ ਪਬਲਿਕ ਕਹਿ ਰਹੀ ਹੈ ਕਿ ਇਹ ਆਊਟਸਾਈਡਰ ਹੈ। ਅਗਰ ਇਹ ਆਊਟਸਾਈਡਰ ਦਾ ਟੈਗ ਲੱਗਿਆ ਰਿਹਾ ਅਤੇ ਔਰ ਇੱਕ ਆਦਮੀ ਜਿਹਨਾਂ ਈਡੀ ਨੇ ਵੀ ਔਰ ਵਿਜੀਲੈਂਸ ਨੇ ਵੀ ਜਿਹਨੇ ਚੱਕਰ ਦਿੱਤੀ, ਤੁਸੀਂ ਵੀ ਸਪੋਰਟ ਕੀਤੀ, ਮੈਂ ਨਹੀਂ ਕਹਿੰਦਾ ਨਹੀਂ, ਤੁਸੀਂ ਵੀ ਸਪੋਰਟ ਕੀਤੀ, ਸਾਰਿਆਂ ਨੇ ਕੀਤੀ, ਵਾਈ ਹੀ ਵਾਜ਼ ਇਗਨੋਰਡ? ਦੇਖੋ ਗੱਲ ਇਹ ਹੁੰਦੀ, ਇੱਕ ਮਿੰਟ ਸੀ, ਆਈ ਐਮ ਨੋਟ ਗੋਇੰਗ ਟੂ ਆਨਸਰ ਦੀਸ ਕਾਇੰਡ ਆਫ, ਆਈ ਐਮ ਨੋਟ ਸਿਟਿੰਗ ਇਨ ਕੋਈ ਉਹ ਜਿਹੜਾ ਤੁਹਾਡਾ ਕੋਈ ਉਹ ਜੱਜਾਂ ਵਾਲਾ ਉਹਦੇ 'ਚ ਕਿ ਤੁਸੀਂ ਮੈਨੂੰ ਕਟਹਿ ਰਿਹਾ ਕਿ ਤੁਸੀਂ ਮੈਨੂੰ ਕਰੀ ਚੱਲੋ ਅਤੇ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਊਂ। ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਹਰ ਚੀਜ਼ ਅੰਡਰ ਕੰਸਿਡਰੇਸ਼ਨ ਪਾਰਟੀ ਹਾਈਕਮਾਂਡ ਨੇ ਲਈ। ਜੇ ਪਾਰਟੀ ਨੇ ਕੰਸਿਡਰੇਸ਼ਨ 'ਚ ਲਈ ਆਸ਼ੂ ਜੀ, ਆ ਸਾਡੇ ਵਰਕਿੰਗ ਪ੍ਰਧਾਨ ਨੇ। ਹੁਣ ਜਿਹੜਾ ਕੌਣ ਆਇਆ ਜੀ? ਪ੍ਰਧਾਨ ਆਇਆ ਸਾਡੀ ਪਾਰਟੀ। ਇਸ ਆਦਮੀ ਨੂੰ ਜਿਹਨੇ ਪਿੱਠੇ ਛੁਰਾ ਮਾਰਿਆ, ਗਦਾਰੀ ਕੀਤੀ ਹੈ, ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਜਿੱਤਣ ਦਾ। ਦੇ ਵਰ ਨੰਬਰ ਆਫ ਪ੍ਰੋਬਲਮਸ, ਉਸ ਨੂੰ ਸਰਮਾਊਂਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ। ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕੰਸਿਡਰ ਕਰਕੇ ਕੀਤੀਆਂ ਨੇ। ਹੁਣ ਹੋਰ ਕੋਈ ਗੱਲ ਸਰ, ਇੱਕ ਛੋਟਾ ਜਿਹਾ ਕੁਐਸਚਨ ਹੈ, ਪਿੱਛੇ ਕਹਿੰਦਾ ਸੁਖਵਿੰਦਰ ਰਾਓ ਜੀ ਦਾ ਬਿਆਨ ਆਇਆ ਵਾ ਕਿ ਜੇ ਆਸ਼ੂ ਜੀ ਅੰਦਰ 7-8 ਮਿਲੀਅਨ ਅੰਦਰ ਲਾ ਕੇ ਆਏ ਨੇ ਅਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ, ਇਹ 'ਚ ਕਿੰਨੀ ਸੱਚਾਈ ਹੈ? ਬਿੱਟੂ ਜੀ ਨੇ ਬਿੱਟੂ ਦਾ ਚਾਂਸ ਪਾਇਆ। ਮੈਂ ਸਮਝਣਾ 100% ਸੱਚ, ਮੈਂ ਕਲੋਜ਼ੈਸਟ ਬੰਦੇ ਜਿਹੜੇ ਨੇ ਕਿਹਦੇ ਨੇ, ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂ ਜੀ ਤੋਂ ਅੰਦਰ ਕਰਾਉਣ ਦਾ। ਇਹ ਕੋਈ ਦੋ ਰਾਏ ਨਹੀਂ, 4 ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ ਹੁੰਦੀ, ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ 'ਚ ਵੀ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਗੱਲ ਤੁਸੀਂ ਸਮਝ ਲਓ, ਮੈਂ ਸਮਝਾਉਣਾ ਕੀ ਚਾਹੁੰਦਾ। ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਚੌਥੇ ਨੰਬਰ 'ਤੇ, ਪੰਜਵੇਂ ਨੰਬਰ, ਤੁਸੀਂ ਇਹ ਵਾਲਾ ਬਿਆਨ ਹੁਣ ਦੇ ਰਹੇ ਹੋ ਬਾਰ ਬਾਰ, ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਹੈ ਉਹ ਭਗਵੰਤ ਮਾਨ ਨਾਲ ਬਹੁਤ ਕਲੋਜ਼ ਰਹਿੰਦੇ, 4 ਵਾਰੀ ਗੱਲਬਾਤ ਹੁੰਦੀ ਸੀ। ਹਾਂ ਬਿਲਕੁਲ, ਇਹ ਸਾਰੀ ਗੱਲਾਂ ਜਦੋਂ ਤੱਕ ਬਿੱਟੂ ਜੀ ਬੀਜੇਪੀ 'ਚ ਗਏ ਉਸ ਤੋਂ ਬਾਅਦ ਹੀ ਕਿਉਂ ਕਰ ਰਹੇ ਹੋ? ਨਹੀਂ ਨਹੀਂ, ਉਸ ਤੋਂ ਪਹਿਲਾਂ ਕਿਉਂ ਨਹੀਂ ਕਦੀ ਹੋਈ? ਉਸ ਤੋਂ ਪਹਿਲਾਂ ਤੁਸੀਂ ਕੀ ਸਮਝੋ, ਤੁਹਾਨੂੰ ਪਤਾ ਨਹੀਂ ਜੀ? ਤੁਸੀਂ ਮੇਰੀ ਗੱਲ ਸੁਣੋ, ਇਹ ਚੀਜ਼ਾਂ ਤਾਂ ਆਲਰੇਡੀ ਔਨ ਗਰਾਊਂਡ ਆ ਚੁੱਕੀਆਂ। ਮੈਂ ਵਿਧਾਨ ਸਭਾ 'ਚ ਗੱਲ ਚੁੱਕੀ ਹੈ, ਇਹ ਵਿਧਾਨ ਸਭਾ ਜਿਹੜੀ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ, ਆਈ ਹੈਡ ਪਿਕਡ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਇਨ ਟੱਚ। ਮੈਂ ਤਾਂ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ, ਅੱਜ ਵੀ ਬਿੱਟੂ 4 ਵਾਰ ਗੱਲ ਕਰ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਸਤੰਬਰ ਅਕਤੂਬਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਬਿੱਟੂ ਬੀਜੇਪੀ ਚ ਜਾਏਗਾ, ਤਾਂ ਰੰਧਾਵਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਐਕਸ਼ਨ ਲਓ, ਰਾਹੁਲ ਜੀ ਨਾਲ ਹੋਈ ਹੋਏ, ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਏ ਵਿੱਚ, ਆਈ ਐਮ ਨੋਟ ਅਵੇਅਰ, ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟਿਸ ਆਈ ਜਿਸ ਤਰ੍ਹਾਂ ਹੁਣ ਤੁਹਾਡੇ ਨੋਟਿਸ ਆਈ। ਰਮੀਤ ਸਿੰਘ ਬਿੱਟੂ ਇੱਕ ਧਾਰਮਿਕ ਪ੍ਰੋਗਰਾਮ ਦੇ ਗਏ ਸੀ, ਉੱਥੇ ਰਾਜਾ ਵੜਿੰਗ ਜੀ ਵੀ ਗਏ, ਇੱਕ ਜੱਫੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਵਿਪਕਸ਼ ਵੱਲੋਂ, ਫੋਟੋ ਰਾਜਾ ਵੜਿੰਗ ਜੀ ਨੇ ਖੁਦ ਜੱਫੀ ਪਾਈ ਹੈ ਰਮੀਤ ਬਿੱਟੂ ਨੂੰ।
ਜੱਫੀ ਪਾਲੀ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਉੱਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਮੈਂ ਪਤਾ ਨਹੀਂ ਕਿੰਨੀਆਂ ਕਿਹਦੀਆਂ ਪੱਪੀਆਂ ਲੈ ਬੈਠਾ ਜੱਫੀ ਅਤੇ ਪੱਪੀ ਅਤੇ ਸਿਆਸਤ 'ਚ ਚੱਲਦੀ ਚੱਲਦੀ ਹੈ ਕੋਈ ਐਡੀ ਗੱਲ ਨਹੀਂ ਬਸ ਆਪਾਂ ਇਹਦੀ ਗੱਲ ਕਹਿੰਦੇ ਨੇ ਕਿ ਪਹਿਲਾਂ ਮਨੀਸ਼ ਤਿਵਾੜੀ ਲੁਧਿਆਣਾ ਤੋਂ ਲੜੇ ਉਹ ਛੱਡ ਕੇ ਲੁਧਿਆਣਾ ਨੂੰ ਚਲੇ ਗਏ ਫਿਰ ਰਣਜੀਤ ਸਿੰਘ ਨੂੰ ਦੋ ਵਾਰੀ ਜਿਤਾਇਆ ਉਹ ਬੀਜੇਪੀ ਚਲੇ ਗਏ ਹੁਣ ਰਾਜਾ ਬਰਿੰਗ ਨੂੰ ਉਤਾਰਿਆ ਉਹ ਵੀ ਇੱਕ ਬਾਰੀ ਦਾ ਜਿਹੜਾ ਲੋਕ ਜਿਹੜੇ ਵਰਕਰ ਨੇ ਮਿਊਜ਼ ਨੇ ਕਹਿੰਦੇ ਨੇ ਕਿ ਅਗਰ ਕੱਲ੍ਹ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਵਰਕਰ ਕਿਤੇ ਮੈਂ ਕਹਿੰਦਾ ਜਿਹੜਾ ਪ੍ਰਧਾਨ ਹੁੰਦਾ ਉਹ ਕੋਈ ਬਾਹਰਲਾ ਨਹੀਂ ਦੇਰ ਆਰ ਸਰਟਨ ਥਿੰਗਸ ਜਿਹੜੀਆਂ ਪਾਰਟੀ ਦਾ ਪ੍ਰਧਾਨ ਜਿਹੜਾ ਕਿਤੇ ਹੀ ਹੈਜ਼ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਹੀ ਹੈਜ਼ ਅ ਰਾਈਟ ਟੂ ਕੰਟੈਸਟ ਫਰੋਮ ਮੈਨੀ ਵੇਅਰ ਕੋਈ ਇਹੋ ਜਿਹੀ ਬਾਹਰਲਾ ਤਾਂ ਮੇਰਾ ਖਿਆਲ ਪ੍ਰੈਸ ਵਾਲੇ ਹੀ ਨਾਰਾ ਲਾਈ ਜਾਂਦਾ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਮੈਨੂੰ ਤਾਂ ਹਰ ਮੈਨੂੰ ਨਾ ਵਰਕਰ ਕਿਸੇ ਨੇ ਨਹੀਂ ਕਿਹਾ ਮੈਨੂੰ ਕਿਸੇ ਵਰਕਰ ਨੇ ਨਹੀਂ ਕਿਹਾ ਸੋ ਵਰਕਰਸ ਨੇ ਤਾਂ ਸ਼ੁਕਰ ਮਨਾਇਆ ਪੋਸਟਾਂ ਪੁਆਈਆਂ ਓਕੇ।